ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਆਪਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਟਿਚ ਕੀਤੇ ਕੱਪੜੇ, ਜਿਹੜੇ ਆਪਾਂ ਸਟਿਚ ਕੀਤੇ ਕੱਪੜੇ ਉਹ ਦਿਖਾਵਾਂਗੇ ਤੁਹਾਨੂੰ। ਹਾਂਜੀ ਇਹ ਆਪਣੀ ਹੈਗੀ ਆ ਸਲਵਾਰ, ਦੇਖੋ ਜੀ ਇਹਦੇ ਆਪਾਂ ਪਹੁੰਚਿਆ ਤੇ ਲੈਸ ਲਗਾਈ ਆ, ਇਸ ਤਰ੍ਹਾਂ ਆਪਾਂ ਇਹਦੇ ਬੰਡੈਕਸ ਪਾਏ ਆ ਜੀ, ਦੇਖੋ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੇ ਬੰਡੈਕਸ ਪਾ ਕੇ ਲੈਸ ਲਗਾ ਕੇ ਇਸ ਤਰ੍ਹਾਂ ਆਪਾਂ ਇਹ ਸਲਵਾਰ ਤਿਆਰ ਕੀਤੀ ਹੈ ਜੀ। ਤੇ ਇਸ ਤਰ੍ਹਾਂ ਆਪਾਂ ਇਹ ਕਮੀਜ਼ ਤਿਆਰ ਕੀਤਾ ਹੈ ਜੀ, ਬੈਨ ਵਾਲਾ ਕਮੀਜ਼ ਬਣਾਇਆ ਹੈ ਆਪਾਂ, ਦੇਖੋ ਇਸ ਤਰ੍ਹਾਂ ਬੈਨ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਬਾਹਾਂ ਤੇ ਇਸ ਤਰ੍ਹਾਂ ਮੋਤੀ ਲਗਾਏ ਹੈ ਜੀ। ਇਸ ਤਰ੍ਹਾਂ ਆਪਾਂ ਇਹ ਡਿਜ਼ਾਇਨ ਤਿਆਰ ਕੀਤਾ ਹੈ ਸੂਟ ਦਾ। ਹਾਂਜੀ ਅੱਗੇ ਆਪਾਂ ਇਹਦੇ ਨਾਲ ਸਲਵਾਰ ਸਿੰਪਲ ਹੀ ਆ, ਇਹ ਆਪਾਂ ਤਿਆਰ ਕੀਤਾ ਇੱਕ ਮਿੰਜ਼ ਇਸ ਤਰ੍ਹਾਂ ਡਿਜ਼ਾਇਨ ਨਾਲ ਬਣਾ ਕੇ। ਹਾਂਜੀ ਅੱਗੇ ਇਹ ਜਿਹੜਾ ਹੈਗਾ ਇਹ ਆਪਣਾ ਜੀ ਰੈਡ ਬਟਨ ਦਾ ਸੂਟ ਹੈ, ਰੈਡ ਬਟਨ ਦਾ ਦੇਖੋ ਜੀ ਇਹ ਇਸ ਤਰ੍ਹਾਂ ਆਪਣਾ ਸਿੰਪਲ ਹੀ ਆ ਗਿਆ। ਮਸ਼ੀਨ ਦਾ ਇਹਦੇ ਨਾਲ ਵੀ ਸਿੰਪਲ ਸਲਵਾਰ ਹੈ ਜੀ, ਇਸ ਤਰ੍ਹਾਂ ਆਪਾਂ ਇਹ ਕਮੀਜ਼ ਨੂੰ ਤਿਆਰ ਕੀਤਾ ਹੈ। ਇਹ ਆਪਾਂ ਲੈਸ ਬੈਕ ਸਾਈਡ 'ਤੇ ਲਗਾਈ ਹੈ, ਅੱਗੇ ਆਪਾਂ ਬਾਰਡਰ ਸੀ ਗਈ ਇਸ ਤਰ੍ਹਾਂ ਹੀ ਆਪਾਂ ਗਲੇ ਦੇ ਉੱਪਰ ਇਸ ਤਰ੍ਹਾਂ ਆਪਾਂ ਬਾਹਾਂ 'ਤੇ ਲਾਤੀ ਹੈ ਲੈਸ, ਇਸ ਤਰ੍ਹਾਂ ਇਹ ਡਿਜ਼ਾਇਨ ਆਪਾਂ ਤਿਆਰ ਕਰਕੇ ਕਮੀਜ਼ ਬਣਾਤਾ ਹੈ ਜੀ। ਹਾਂਜੀ ਅੱਗੇ ਆਪਾਂ ਇਹ ਵਾਲਾ ਬਣਾਇਆ ਜੀ, ਇਹਦੀ ਵਾਲੀਆਂ ਲੈਸ ਪਹਿਲਾਂ ਹੀ ਲੱਗੀ ਹੋਈ ਸੀ ਵਿੱਚ ਜੁਆਇੰਟ ਲੈਸ, ਅਤੇ ਆਪਾਂ ਕਸਟਮਰ ਦੀ ਚੋਇਸ ਦੇ ਅਨੁਸਾਰ ਜੀ ਆ ਬਾਹਾਂ 'ਤੇ ਲਾਤਾ ਇਸ ਤਰ੍ਹਾਂ ਹੀ, ਬਾਹਾਂ 'ਤੇ ਲਗਾ ਕੇ ਅਤੇ ਇਸ ਤਰ੍ਹਾਂ ਹੀ ਆਪਾਂ ਇਹਦੇ ਜੀ ਪਲਾਜੋ 'ਤੇ ਲਗਾਇਆ ਨੀਚੇ। ਹਾਂ ਦੇਖੋ ਜੀ ਇਸ ਤਰ੍ਹਾਂ ਦਾ ਪਲਾਜੋ ਬਣਾਇਆ ਇਹਨੇ। ਬਾਕੀ ਜੀ ਅੱਗੇ ਆਪਣਾ ਆਹ ਵਾਲਾ ਸੂਟ ਆ ਗਿਆ, ਇਹਦੀ ਆਪਾਂ ਬੋਟਮ ਬਣਾਈ ਆ ਸਿੰਪਲ ਹੀ ਆ, ਜਿਹੜਾ ਆਪਾਂ ਕਮੀਜ਼ ਬਣਾਇਆ ਜੀ ਇਹ ਲਾਈਨਿੰਗ ਵਾਲਾ ਹੈ, ਦੇਖੋ ਜੀ ਇਹਦਾ ਆਪਾਂ ਇਸ ਤਰ੍ਹਾਂ ਗਲਾ ਬਣਾਇਆ ਹੈ, ਪਾਉਣ ਦੀ ਸ਼ੇਪ ਜੀ ਵਿੱਚ ਇਸ ਤਰ੍ਹਾਂ ਆਪਾਂ ਇਹਦੀਆਂ ਬਾਜੂ ਤਿਆਰ ਕੀਤੀਆਂ ਜੀ ਬਟਨ ਲਗਾ ਕੇ ਇਸ ਤਰ੍ਹਾਂ, ਅਤੇ ਇਹ ਕਾਫ ਵਾਲੀ ਆਪਾਂ ਬਾਜੂ ਤਿਆਰ ਕੀਤੀ ਹੈ ਜੀ। ਅੱਗੇ ਆ ਵਾਲੇ ਆ ਜੀ, ਇਹਨਾਂ ਦੇ ਨਾਲ ਵੀ ਸਿੰਪਲ ਸਲਵਾਰਾਂ ਹੈ ਜੀ, ਸਿੰਪਲ ਸਲਵਾਰਾਂ ਇਸ ਤਰ੍ਹਾਂ ਕਮੀਜ਼ ਹੋ ਗਈ, ਦੇਖੋ ਇਹਦੇ ਆਪਾਂ ਜੀ ਸਮੋਸਾ ਲੈਸ ਲਗਾ ਕੇ ਤਿਆਰ ਕੀਤਾ ਹੈ, ਇਸੇ ਤਰ੍ਹਾਂ ਹੀ ਆਪਾਂ ਇਹਦੇ ਗਲੇ 'ਤੇ ਲਗਾਈ ਹੈ ਲੈਸ, ਇਸ ਤਰ੍ਹਾਂ ਹੀ ਲਗਾਈ ਹੈ ਜੀ। ਅੱਗੇ ਜੀ ਆਪਾਂ ਇਹ ਵਾਲਾ ਕਮੀਜ਼ ਸੀਤਾ, ਇਹ ਵੀ ਆਪਾਂ ਕਲੀਆਂ ਵਾਲਾ ਕਮੀਜ਼ ਸੀਤਾ, ਕਲੀਆਂ ਪਾ ਕੇ ਇਸ ਤਰ੍ਹਾਂ ਵਿੱਚ ਪ੍ਰੈਸ ਕਰਨ ਵਾਲੇ ਆ ਜੀ ਸਾਰੇ ਇਹ ਕੱਪੜੇ ਆਪਣੇ, ਸਟਿਚ ਕਰਦੇ ਹੈਗੇ ਆਪਾਂ, ਦੇਖੋ ਜੀ ਇਸ ਤਰ੍ਹਾਂ ਹੀ ਬਾਹਾਂ 'ਤੇ ਆਪਾਂ ਲਗਾਈ ਹੈ ਲੈਸ, ਇਹ ਪ੍ਰੈਸ ਕਰਕੇ ਜੀ ਅੱਜ ਆਪਾਂ ਸ਼ਾਮ ਨੂੰ ਸਾਰੇ ਦੇਣੇ ਆ, ਅਤੇ ਇਹਨਾਂ ਦਾ ਆਪਾਂ ਬਿੱਲ ਵੀ ਸਾਰਾ ਬਣਾਵਾਂਗੇ ਸ਼ਾਮ ਨੂੰ, ਬਣਾ ਕੇ ਇੱਥੇ ਆਪਾਂ ਸਾਰੇ ਸੂਟ ਜਿਹੜੇ ਅੱਜ ਦੇ ਦੇਣੇ ਆ, ਬਾਕੀ ਆਪਾਂ ਜੀ ਕੱਟਣੇ ਹੈਗੇ ਆ ਉਹ ਆਪਾਂ ਫਿਰ ਦਿਖਾਵਾਂਗੇ ਤੁਹਾਨੂੰ। ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਸੂਟ ਤੁਹਾਨੂੰ ਕੋਈ ਸੋਹਣਾ ਲੱਗਿਆ ਜਾਂ ਕੋਈ ਡਿਜ਼ਾਇਨ ਪਸੰਦ ਆਇਆ ਜੀ ਤਾਂ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਸਾਨੂੰ ਆਹ ਵਾਲਾ ਸੂਟ ਦੀਦੀ ਪਸੰਦ ਆਇਆ ਹੈ ਜਾਂ ਸਾਨੂੰ ਆਹ ਵਾਲੇ ਸੂਟ ਦਾ ਡਿਜ਼ਾਇਨ ਪਸੰਦ ਆਇਆ ਹੈ, ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।